ਪੰਚਕੂਲਾ ਦੇ ਵਿੱਚ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਜਿੱਥੇ ਪਾਰਸਲ ਦਾ ਬਹਾਨਾ ਲਗਾ ਕੇ ਘਰ ਵਿੱਚ ਵੜੇ ਵਿਅਕਤੀਆਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਦੀ ਕਿ ਦੋ ਨੌਜਵਾਨ ਕਿਸੇ ਦੇ ਘਰ ਆਉਂਦੇ ਨੇ ਤੇ ਪਾਰਸਲ ਦਾ ਬਹਾਨਾ ਲਗਾ ਕੇ ਗੇਟ ਖੜਕਾਉਂਦੇ ਨੇ ਤੇ ਜਦੋਂ ਬਾਹਰ ਆ ਕੇ ਬਜ਼ੁਰਗਾਂ ਦੇ ਵੱਲੋਂ ਉਹਨਾਂ ਦਾ ਪਾਰਸਲ ਦੇਖਿਆ ਜਾਂਦਾ ਹੈ ਤਾਂ ਘਰ ਦੇ ਵਿੱਚ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ। ਦੱਸਦੀ ਕਿ ਪੰਚਕੂਲਾ ਦਾ ਇਹ ਮਾਮਲਾ ਜਿੱਥੇ ਬਜ਼ੁਰਗਾਂ ਦੇ ਨਾਲ ਲੁੱਟ ਹੋਈ ਹੈ, ਘਰ ਦੇ ਵਿੱਚ ਬਜ਼ੁਰਗ ਪਤੀ ਪਤਨੀ ਮੌਜੂਦ ਸਨ। ਉਹਨਾਂ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹਨਾਂ ਦੇ ਘਰ ਵੜ ਕੇ ਦੋ ਨੌਜਵਾਨਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਹਨਾਂ ਦੱਸਿਆ ਕਿ ਉਹ ਘਰ ਦੇ ਵਿੱਚ ਬੈਠੇ ਹੋਏ ਸੀ, ਗੇਟ ਖੜਕਦਾ, ਜਦੋਂ ਬਾਹਰ ਜਾ ਕੇ ਦੇਖਦੇ ਨੇ ਤਾਂ ਕੁਝ ਜੋ ਦੋ ਨੌਜਵਾਨ ਆਏ ਉਹਨਾਂ ਦੇ ਵੱਲੋਂ ਬਹਾਨਾ ਲਗਾਇਆ ਜਾਂਦਾ ਕਿ ਤੁਹਾਡਾ ਪਾਰਸਲ ਆਇਆ, ਤੇ ਜਿੱਦਾਂ ਹੀ ਉਹਨਾਂ ਨੇ ਪਾਰਸਲ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਇਹ ਨੌਜਵਾਨ ਉਹਨਾਂ ਦੇ ਘਰ ਵੜ ਜਾਂਦੇ ਨੇ, ਜਿਸ ਦੀ ਸਾਰੀ ਘਟਨਾ ਉੱਥੇ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਪੀੜਿਤ ਬਜ਼ੁਰਗਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਵਿੱਚੋਂ ਸੋਨੇ ਦੇ ਗਹਿਣੇ ਤੇ 4000 ਰੁਪਏ ਦੀ ਨਕਦੀ ਲੈ ਕੇ ਲੁਟੇਰੇ ਫਰਾਰ ਹੋ ਗਏ ਨੇ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੈਨਿਕ ਸਵੇਰਾ ਲਈ ਵਨੀਤ ਦੀ ਰਿਪੋਰਟ। ਪੰਚਕੂਲਾ ਦੇ ਵਿੱਚ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਜਿੱਥੇ ਪਾਰਸਲ ਦਾ ਬਹਾਨਾ ਲਗਾ ਕੇ ਘਰ ਵਿੱਚ ਵੜੇ ਵਿਅਕਤੀਆਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਦੀ ਕਿ ਦੋ ਨੌਜਵਾਨ ਕਿਸੇ ਦੇ ਘਰ ਆਉਂਦੇ ਨੇ ਤੇ ਪਾਰਸਲ ਦਾ ਬਹਾਨਾ ਲਗਾ ਕੇ ਗੇਟ ਖੜਕਾਉਂਦੇ ਨੇ ਤੇ ਜਦੋਂ ਬਾਹਰ ਆ ਕੇ ਬਜ਼ੁਰਗਾਂ ਦੇ ਵੱਲੋਂ ਉਹਨਾਂ ਦਾ ਪਾਰਸਲ ਦੇਖਿਆ ਜਾਂਦਾ ਤਾਂ ਘਰ ਦੇ ਵਿੱਚ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ। ਦੱਸਦੀ ਕਿ ਪੰਚਕੂਲਾ ਦਾ ਇਹ ਮਾਮਲਾ ਜਿੱਥੇ ਬਜ਼ੁਰਗਾਂ ਦੇ ਨਾਲ ਲੁੱਟ ਹੋਈ ਹੈ, ਘਰ ਦੇ ਵਿੱਚ ਬਜ਼ੁਰਗ ਪਤੀ ਪਤਨੀ ਮੌਜੂਦ ਸਨ। ਉਹਨਾਂ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹਨਾਂ ਦੇ ਘਰ ਵੜ ਕੇ ਦੋ ਨੌਜਵਾਨਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਹਨਾਂ ਦੱਸਿਆ ਕਿ ਉਹ ਘਰ ਦੇ ਵਿੱਚ ਬੈਠੇ ਹੋਏ ਸੀ, ਗੇਟ ਖੜਕਦਾ, ਜਦੋਂ ਬਾਹਰ ਜਾ ਕੇ ਦੇਖਦੇ ਨੇ ਤਾਂ ਕੁਝ ਜੋ ਦੋ ਨੌਜਵਾਨ ਆਏ ਉਹਨਾਂ ਦੇ ਵੱਲੋਂ ਬਹਾਨਾ ਲਗਾਇਆ ਜਾਂਦਾ ਕਿ ਤੁਹਾਡਾ ਪਾਰਸਲ ਆਇਆ, ਤੇ ਜਿੱਦਾਂ ਹੀ ਉਹਨਾਂ ਨੇ ਪਾਰਸਲ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਇਹ ਨੌਜਵਾਨ ਉਹਨਾਂ ਦੇ ਘਰ ਵੜ ਜਾਂਦੇ ਨੇ, ਜਿਸ ਦੀ ਸਾਰੀ ਘਟਨਾ ਉੱਥੇ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਪੀੜਿਤ ਬਜ਼ੁਰਗਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਵਿੱਚੋਂ ਸੋਨੇ ਦੇ ਗਹਿਣੇ ਤੇ 4000 ਰੁਪਏ ਦੀ ਨਕਦੀ ਲੈ ਕੇ ਲੁਟੇਰੇ ਫਰਾਰ ਹੋ ਗਏ ਨੇ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੈਨਿਕ ਸਵੇਰਾ ਲਈ ਵਨੀਤ ਦੀ ਰਿਪੋਰਟ। ਪੰਚਕੂਲਾ ਦੇ ਵਿੱਚ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਜਿੱਥੇ ਪਾਰਸਲ ਦਾ ਬਹਾਨਾ ਲਗਾ ਕੇ ਘਰ ਵਿੱਚ ਵੜੇ ਵਿਅਕਤੀਆਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਦੀ ਕਿ ਦੋ ਨੌਜਵਾਨ ਕਿਸੇ ਦੇ ਘਰ ਆਉਂਦੇ ਨੇ ਤੇ ਪਾਰਸਲ ਦਾ ਬਹਾਨਾ ਲਗਾ ਕੇ ਗੇਟ ਖੜਕਾਉਂਦੇ ਨੇ ਤੇ ਜਦੋਂ ਬਾਹਰ ਆ ਕੇ ਬਜ਼ੁਰਗਾਂ ਦੇ ਵੱਲੋਂ ਉਹਨਾਂ ਦਾ ਪਾਰਸਲ ਦੇਖਿਆ ਜਾਂਦਾ ਤਾਂ ਘਰ ਦੇ ਵਿੱਚ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ। ਦੱਸਦੀ ਕਿ ਪੰਚਕੂਲਾ ਦਾ ਇਹ ਮਾਮਲਾ ਜਿੱਥੇ ਬਜ਼ੁਰਗਾਂ ਦੇ ਨਾਲ ਲੁੱਟ ਹੋਈ ਹੈ, ਘਰ ਦੇ ਵਿੱਚ ਬਜ਼ੁਰਗ ਪਤੀ ਪਤਨੀ ਮੌਜੂਦ ਸਨ। ਉਹਨਾਂ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹਨਾਂ ਦੇ ਘਰ ਵੜ ਕੇ ਦੋ ਨੌਜਵਾਨਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਹਨਾਂ ਦੱਸਿਆ ਕਿ ਉਹ ਘਰ ਦੇ ਵਿੱਚ ਬੈਠੇ ਹੋਏ ਸੀ, ਗੇਟ ਖੜਕਦਾ, ਜਦੋਂ ਬਾਹਰ ਜਾ ਕੇ ਦੇਖਦੇ ਨੇ ਤਾਂ ਕੁਝ ਜੋ ਦੋ ਨੌਜਵਾਨ ਆਏ ਉਹਨਾਂ ਦੇ ਵੱਲੋਂ ਬਹਾਨਾ ਲਗਾਇਆ ਜਾਂਦਾ ਕਿ ਤੁਹਾਡਾ ਪਾਰਸਲ ਆਇਆ, ਤੇ ਜਿੱਦਾਂ ਹੀ ਉਹਨਾਂ ਨੇ ਪਾਰਸਲ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਇਹ ਨੌਜਵਾਨ ਉਹਨਾਂ ਦੇ ਘਰ ਵੜ ਜਾਂਦੇ ਨੇ, ਜਿਸ ਦੀ ਸਾਰੀ ਘਟਨਾ ਉੱਥੇ ਲੱਗੇ CCTV ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਪੀੜਿਤ ਬਜ਼ੁਰਗਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਵਿੱਚੋਂ ਸੋਨੇ ਦੇ ਗਹਿਣੇ ਤੇ 4000 ਰੁਪਏ ਦੀ ਨਕਦੀ ਲੈ ਕੇ ਲੁਟੇਰੇ ਫਰਾਰ ਹੋ ਗਏ ਨੇ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੈਨਿਕ ਸਵੇਰਾ ਲਈ ਵਨੀਤ ਦੀ ਰਿਪੋਰਟ।